ਇਹ ਵੀ ਕੀ ਭੇਡ ਚਾਲਾ ਇਹ ਪਿਜਾਮ ਚਾਰੇ ਮਾਪੇ ਬੇਬਸ ਨੇ ਬੈਠੇ ਬਿਠਾਏ ਮੈਨੂੰ ਕੋਈ ਵੱਡਾ ਨੌਕਰੀ ਮਿਲ ਜੇ ਵੱਡਾ ਵਪਾਰ ਮਿਲ ਜੇ ਹੁਣ ਜਦੋਂ ਹੁੰਦਾ ਉਹਦੇ ਕੋਲ ਐਜੂਕੇਸ਼ਨ ਤਾਂ ਹੁੰਦੀ ਨਹੀਂ ਕਿਉਂ ਐਜੂਕੇਸ਼ਨ ਪੂਰੀ ਕਰੀ ਨਹੀਂ ਹੁੰਦੀ ਤੇ ਮਾਪੇ ਆਪ ਕੇ ਅੰਦਰ ਕੀ ਹੁਣ ਅਸੀਂ ਕਿੱਧਰ ਨੂੰ ਜਾਈਏ ਕੀ ਕਰੀਏ ਸਰਕਾਰ ਇਹ ਨਹੀਂ ਕੰਮ ਨਹੀਂ ਕਰ ਰਹੀ ਅਦਾਰਾ ਸੋਚ ਦੀ ਸ਼ਕਤੀ ਵੱਲੋਂ ਅੱਜ ਅਸੀਂ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਂ ਹੈ ਸਾਂਝੀਆਂ ਬਾਤਾਂ ਇਹ ਇੱਕ ਲੜੀਵਾਰ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਲੋਕਾਂ ਦੇ ਨਿੱਤ ਨਵੇਂ ਮਸਲੇ ਤੇ ਵਿਚਾਰ ਸਾਂਝੇ ਕਰਾਂਗੇ ਸੋ ਅੱਜ ਦਾ ਵਿਸ਼ਾ ਹੈ ਬੇਰੋਜ਼ਗਾਰੀ ਇਸ ਚਰਚਾ ਦੇ ਤਹਿਤ ਸੋਚ ਦੀ ਸ਼ਕਤੀ ਦੇ ਐਡੀਟਰ ਸਰਦਾਰ ਦਿਲਜੀਤ ਸਿੰਘ ਜੀ ਅਰੋੜਾ ਜੀ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਪ੍ਰਸ਼ਨ ਹੈ ਕੀ ਬੇਰੋਜ਼ਗਾਰੀ ਇੰਨੀ ਵੱਧ ਰਹੀ ਹੈ ਬੱਚਿਆਂ ਦਾ ਰੁਝਾਨ ਬਾਹਰ ਨੂੰ ਹੋ ਰਿਹਾ ਹੈ ਸਰਕਾਰ ਕੀ ਕੀ ਉਪਰਾਲੇ ਕਰ ਰਹੀ ਹੈ ਤੇ ਕੀ ਕਾਰਨ ਹੈ ਬੇਰੋਜ਼ਗਾਰੀ ਦੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਇਸ ਪ੍ਰੋਗਰਾਮ ਸਵਾਗਤ ਹੈ ਜੀ ਮੈਡਮ ਸੁਰਿੰਦਰ ਕੌਰ ਜੀ ਸਵਾਗਤ ਜੀ ਤੁਹਾਡਾ ਬੇਰੋਜ਼ਗਾਰੀ ਤੇ ਮੈਂ ਇਸ ਟਾਈਮੇ ਗੱਲ ਜਰੂਰ ਕਾਵਾਂਗਾ ਜੀ ਕਿ ਦੇਖੋ ਇਸ ਟਾਈਮ ਜਿਵੇਂ ਹਿੰਦੁਸਤਾਨ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਚਲੋ ਇੱਕ ਸੰਸਾਰ ਹੈ ਇਹ ਲੇਕਿਨ ਜਿਹੜੀ ਤੁਸੀਂ ਬੇਰੋਜ਼ਗਾਰੀ ਦੀ ਗੱਲ ਕਰੀ ਆ ਇਸ ਟਾਈਮ ਜੋ ਲੱਗ ਰਿਹਾ ਹੈ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਬਾਹਰ ਜਾਂਦਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਲੇਕਿਨ ਲੋਕਾਂ ਕੋਲ ਜਿਹੜੀ ਯੂਥ ਜਿਹੜਾ ਹੈ ਦੇਖੋ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੇ ਉਸਕਿਮਾਂ ਐਸੀ ਹੈਗੀਆਂ ਕਿ ਜਿਹੜਾ ਨੂੰ ਬੱਚਿਆਂ ਨੂੰ ਉਸਕਿਮਾਂ ਲਾਗੂ ਕਰਦੇ ਨੇ ਉਹ ਲੇਕਿਨ ਬੱਚਿਆਂ ਦਾ ਧਿਆਨ ਨਹੀਂ ਹੈ ਧਿਆਨ ਕਿਉਂ ਨਹੀਂ ਹੈ ਉਹ ਕਹਿੰਦੇ ਨੇ ਕਿ ਅਸੀਂ ਬਾਹਰ ਜਾਣਾ ਬਾਹਰ ਜਾਣ ਨਾਲ ਉਹਨਾਂ ਦਾ ਕੀ ਹੈ ਕਿ ਉਰਜਾਣ ਵਧ ਗਿਆ ਉਹਨਾਂ ਦਾ ਹੁਣ ਉਰਜਾਣ ਬਾਹਰ ਵਧਿਆ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਉਹ ਉਰਜਾਣ ਕਿਉਂ ਵਧਿਆ ਇਹਦਾ ਕੀ ਕਾਰਨ ਹੈ हां सर ये बिल्कुल ठीक कह रहे हो कि बच्चा दा रुझान जेड़ा बाहर ਵੱਧਦਾ ਜਾ ਰਿਹਾ ਹੈ ਇੱਕ ਪੱਛਮੀ ਸਭਿਅਤਾ ਬੜੀ ਖਿੱਚ ਪਾਉਂਦੀ ਹੈ ਬੱਚਿਆਂ ਨੂੰ ਔਰ ਉਹ ਪੱਛਮੀ ਸਭਿਅਤਾ ਕਰਕੇ ਮਿਹਨਤ ਉੱਥੇ ਵੀ ਕਰਨੀ ਪੈਂਦੀ ਹੈ ਔਰ ਮਿਹਨਤ ਇੱਥੇ ਵੀ ਕਰਨੀ ਪੈਂਦੀ ਹੈ ਕਿਉਂ ਨਾ ਮਿਹਨਤ ਆਪਣੀ ਇੱਥੇ ਕਰ ਲੈ ਪਰ ਉਹਨਾਂ ਨੂੰ ਪੱਛਮੀ ਸਭਿਅਤਾ ਦੀ ਖਿੱਚ ਕਰਕੇ ਬਾਹਰ ਜਾਣਾ ਪੈਂਦਾ ਹੈ ਸੋ ਬੱਚੇ ਜਿਹੜੇ ਹਨ ਇਹ ਇੱਕ ਬਾਹਰ ਜਾਣ ਦੇ ਸਾਰਿਆਂ ਦੇ ਪਿੱਛੇ ਲੱਗ ਕੇ ਬਾਹਰ ਚਲੇ ਜਾਂਦੇ ਹਨ ਹੁਣ ਇਹ ਗੱਲ ਨਾਲ ਇਹ ਵੀ ਹੋ ਰਹੀ ਹੈ ਕਿ ਵੀ ਇਹ ਕੀ ਭੇਡ ਚਾਲਾ ਹੈ ਕਿ ਜਾਂ ਮਜਾਰੇ ਮਾਪੇ ਬੇਬਸ ਨੇ ਬਿਲਕੁਲ ਠੀਕ ਕਹਿ ਰਹੇ ਹੋ ਪੇੜਚਾਲ ਵੀ ਹੋ ਸਕਦੀ ਹੈ ਕਿਉਂਕਿ ਬੱਚਿਆਂ ਦੇ ਵਿੱਚ ਆਪਣਾ ਹੁਨਰ ਹੁੰਦਾ ਹੈ ਉਸ ਹੁਨਰ ਨੂੰ ਉਸ ਵੇ ਰੋਜ਼ਗਾਰ ਬਣਾ ਸਕਦੇ ਹਨ ਉਹ ਕਿਉਂ ਨਹੀਂ ਬਣਾਉਂਦੇ ਮਾਪੇ ਵੀ ਬੇਵਸਨ ਕਿਤੇ ਨਾ ਕਿਤੇ ਸਰ ਕਿ ਮਾਪੇ ਦੇ ਦੋ ਕਾਰਨ ਹੋ ਸਕਦੇ ਹਨ ਬੇਵਸ ਹੋਣ ਦੇ ਇੱਕ ਤਾਂ ਹੈ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਦੂਰ ਭਜਣਾ ਚਾਹੁੰਦੇ ਹਨ ਕਿ ਬੱਚਿਆਂ ਦੀ ਜ਼ਿੰਮੇਵਾਰੀ ਖਤਮ ਹੋਈ ਤੇ ਉਹ ਆਪ ਫ੍ਰੀ ਹੋ ਸਕਦੇ ਹਨ ਤੇ ਦੂਜੀ ਗੱਲ ਇਹ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਬੱਚਿਆਂ ਨੂੰ ਉਹਨਾਂ ਦੇ ਹੁਨਰ ਦੇ ਅਨੁਸਾਰ ਉਹਨਾਂ ਨੂੰ ਸਵੈ ਰੋਜ਼ਗਾਰ ਨਹੀਂ ਮਿਲਦਾ ਰੋਜ਼ਗਾਰ ਨਹੀਂ ਮਿਲਦਾ ਤੇ ਉਹ ਕਿਤੇ ਬੇਵਸ ਹੋ ਜਾਂਦੇ ਹਨ ਤੇ ਬਾਹਰ ਭੇਜਣਾ ਸ਼ੁਰੂ ਕਰ ਦਿੰਦੇ ਹਨ ਤੇ ਜੇ ਇੱਥੇ ਜ਼ਬਰਦਸਤੀ ਰੱਖਦੇ ਵੀ ਹਨ ਜੇ ਕਿਤੇ ਰਾਹੇ ਪਾਨ ਦੀ ਕੋਸ਼ਿਸ਼ ਵੀ ਕਰਦੇ ਹਨ ਬੱਚੇ ਵੇਲੇ ਫਿਰਦੇ ਹਨ ਤੇ ਰੁਝਾਨ ਜਾਂਦਾ ਹੈ ਨਸ਼ਿਆਂ ਵੱਲ ਹੁਣ ਮੈਨੂੰ ਤਾਂ ਲੱਗਦਾ ਹੈ ਨਸ਼ਾ ਵਧਣ ਦਾ ਵੀ ਇਹੀ ਕਾਰਨ ਹੈ ਜਾਂ ਕੁਝ ਹੋਰ ਵੀ ਹੋ ਸਕਦਾ ਤੁਸੀਂ ਕੀ ਕਹਿੰਦੇ ਹੋ ਸਰ ਬਿਲਕੁਲ ਸਹੀ ਕਿਹਾ ਇਹ ਜਿਹੜਾ ਨਸ਼ਾ ਹੈ ਇਸ ਟਾਈਮ ਨਸ਼ੇ ਦਾ ਤਾਂ ਦੇਖੋ ਸਾਰੇ ਹਿੰਦੁਸਤਾਨ ਚ ਹੈ ਲੇਕਿਨ ਜੋ ਪੰਜਾਬ ਦੇ ਵਿੱਚ ਇਸ ਟਾਈਮ ਹੈ ਪੰਜਾਬ ਦੇ ਵਿੱਚ ਤਾਂ ਇਸ ਟਾਈਮ ਨਸ਼ਾ ਬਹੁਤ ਜ਼ਿਆਦਾ ਹੈ ਕਾਰਨ ਇਹੀ ਹੈ ਬਿਲਕੁਲ ਸਹੀ ਕਿਹਾ ਤੁਸੀਂ ਕਿ ਵੀ ਇਹਦੇ ਇਸ ਟਾਈਮ এডਿਕੇਸ਼ਨ ਜਿਹੜੀ ਬੱਚੇ ਦੀ ਹੋਣੀ ਚਾਹੀਦੀ ਸੀ ਨਾ ਸਟਾਰਟਿੰਗ ਤੋਂ ਉਹ ਬੱਚੇ ਨੂੰ এডਿਕੇਸ਼ਨ ਪੂਰੀ ਨਹੀਂ ਮਿਲੀ ਕਾਰਨ ਪੇਰੈਂਟਸ ਡਿਊਟੀ ਤੇ ਜਾਂਦੇ ਸੀ ਨੌਕਰੀਆਂ ਕਰਦੇ ਸੀ ਬੱਚਾ ਨੂੰ ਪੂਰੀ এডਿਕੇਸ਼ਨ ਲੈਣ ਸਕੇ ਸੁਪਨੇ ਉਹਨਾਂ ਦੇ ਵੱਡੇ ਨੇ ਹਰ ਪਰਿਵਾਰ ਚ ਬੱਚਾ ਜਦ ਮੈਂ ਦੇਖ ਰਿਹਾ ਆਂ ਅੱਜਕੱਲ ਜੋ ਵੀ ਸਿਸਟਮ ਚੱਲ ਰਿਹਾ ਸਰਕਾਰ ਇਹ ਨਹੀਂ ਕੰਮ ਨਹੀਂ ਕਰ ਰਹੀ ਸਰਕਾਰਾਂ ਕੰਮ ਕਰ ਰਹੀਆਂ ਜਿਵੇਂ ਕਹਿੰਦਾ ਨਸ਼ਾ ਚੜਾਓ ਕੇਂਦਰ ਵੀ ਖੁੱਲੇ ਹੋਏ ਨੇ ਪ੍ਰਾਈਵੇਟ ਸੈਕਟਰ ਵੀ ਖੁੱਲੇ ਹੋਏ ਨੇ ਲੇਕਿਨ ਨਸ਼ਾ ਇਹ ਨਾ ਹੋ ਚੁੱਕਿਆ ਕਾਰਨ ਕਿ ਮੁੰਡਾ ਕਹਿੰਦਾ ਵੀ ਮੈਨੂੰ ਬੈਠੇ ਬਿਠਾਏ ਮੈਨੂੰ ਕੋਈ ਵੱਡਾ ਨੌਕਰੀ ਮਿਲ ਜੇ ਵੱਡਾ ਵਪਾਰ ਮਿਲ ਜੇ ਲੇਕਿਨ ਉਹ ਇਹ ਨਹੀਂ ਪਤਾ ਕਿ ਮਿਹਨਤ ਕਰਨੀ ਹੈ ਉਹ ਮਿਹਨਤ ਕਰਦੇ ਨਹੀਂ ਮਿਹਨਤ ਨਾ ਕਰਨਗੇ ਉਹ ਸੁਸਾਇਟੀਆਂ ਹੋ ਗਈ ਅੱਜ ਕਾ ਤੁਹਾਨੂੰ ਪਤਾ ਕਿਦਾਂ ਦਾ ਸਿਸਟਮ ਹੋ ਗਿਆ ਜੇ ਅੱਛੀ ਸੁਸਾਇਟੀ ਜਾਂਦੇ ਆ ਤਾਂ ਚੰਗੇ ਕੰਮ ਬੰਦੇ ਨੇ ਮਾੜੀ ਸੁਸਾਇਟੀ ਕੰਨੀ ਧਿਆਨ ਜ਼ਿਆਦਾ ਜਾਂਦਾ ਲੋਕਾਂ ਦੀ ਫਿਰ ਕੀ ਹੈ ਜਿਹੜਾ ਯੂਥ ਹੈ ਉਹ ਜਾਂਦੇ ਨੇ ਮਾੜੀ ਸੁਸਾਇਟੀ ਕੰਨੀ ਸੁਸਾਇਟੀ ਦਾ ਕੀ ਕਾਰਨ ਹੋਇ ਕਿ ਉਹ ਨਸ਼ਾ ਜਾਂਦੇ ਨੇ ਨਸ਼ੇ ਕਰਕੇ ਉਹ ਦਲਦਲ ਵਿੱਚ ਫਸ ਜਾਂਦੇ ਨੇ ਹੁਣ ਉਹਦਾ ਮੈਨੂੰ ਕੋਈ ਵੀ ਕਾਰਨ ਲੱਗਦਾ ਹੈ ਕਿ ਵੀ ਜੋ ਆਪਣੇ ਪਹਿਲਾਂ ਪਰਿਵਾਰ ਵੱਡੇ ਹੁੰਦੇ ਸੀ ਸਾਂਝੇ ਪਰਿਵਾਰ ਹੁੰਦੇ ਸੀਗੇ ਉਹ ਸਾਂਝੇ ਪਰਿਵਾਰ 'ਚ ਵੱਡੇ ਹੋਣ ਕਰਕੇ ਕਿ ਬੱਚੇ ਉਧਰ ਆਪਣੇ ਮਸਤ ਹੁੰਦੇ ਸੀ ਕਿ ਤੁਹਾਨੂੰ ਇਹ ਲੱਗਦਾ ਕਿ ਜੋ ਸਾਂਝੇ ਪਰਿਵਾਰ ਸੀਗੇ ਉਹਦਾ ਬੜਾ ਪ੍ਰਭਾਵ ਹੈ ਬਿਲਕੁਲ ਬਿਲਕੁਲ ਠੀਕ ਹੈ ਸਾਂਝੇ ਪਰਿਵਾਰ ਦਾ ਬੜਾ ਰੋਲ ਹੁੰਦਾ ਸੀ ਬੱਚਿਆਂ ਨੂੰ ਸੰਭਾਲਣ ਦਾ ਮੈਨੂੰ ਯਾਦ ਹੈ ਸਰ ਕਿ ਅਸੀਂ ਛੋਟੇ ਹੁੰਦੇ ਸੀ ਤੇ ਸਾਡੇ ਦਾਦਾ ਦਾਦੀ ਸਾਨੂੰ ਪੜ੍ਹ ਸਿਖਾਉਂਦੇ ਹੁੰਦੇ ਸੀ ਬੁਝਾਰਤਾਂ ਪਾਉਂਦੇ ਛੋਟੀਆਂ ਛੋਟੀਆਂ ਬਾਤਾਂ ਪਾਉਂਦੇ ਤਾਂ ਇਹ ਛੋਟੀਆਂ ਛੋਟੀਆਂ ਗੱਲਾਂ ਨਾਲ ਅਸੀਂ ਬੜਾ ਕੋਈ ਸਿੱਖਦੇ ਹੁੰਦੇ ਸੀ ਬੜੇ ਅਨੁਭਵ ਪ੍ਰਾਪਤ ਕਰਦੇ ਸੀ ਤੇ ਉਹਨਾਂ ਅਨੁਭਵਾਂ ਨਾਲ ਹੀ ਅਸੀਂ ਚੰਗੇ ਰਾਹੇ ਤੁਰਦੇ ਸੀ ਪਰ ਅੱਜ ਕੱਲ ਤੇ ਉਹ ਸਾਂਝੇ ਪਰਿਵਾਰ ਰਹੇ ਹੀ ਨਹੀਂ ਤੇ ਬੱਚੇ ਤਾਂ ਰਾਹੇ ਕੁਰਾਹੇ ਪੈਣਗੇ ਕਿਉਂਕਿ ਮਾਪੇ ਸਾਰੇ ਬੜੇ ਬਿਜ਼ੀ ਹੋ ਗਏ ਤਾਂ ਉਹ ਜਿਹੜੇ ਬੱਚੇ ਰਾਹੇ ਕੁਰਾਹੇ ਪੈ ਜਾਂਦੇ ਹਨ ਕਾਰਨ ਤੇ ਮੈਨੂੰ ਇਹ ਲੱਗਦਾ ਹੈ ਕਿ ਕੁਝ ਹੋਰ ਵੀ ਕਾਰਨ ਹੈ ਅਨੁਸ਼ਾਸਨਹੀਨਤਾ ਦਾ ਔਰ ਆਪੇ ਤੋਂ ਬਾਹਰ ਹੁੰਦਾ ਬੱਚਿਆਂ ਦਾ ਲੇਕੋ ਮੈਂ ਤਾਂ ਇੱਕ ਬੰਨੂ ਗੱਲ ਸਮਝ ਜਾਂਦੀ ਹੈ ਕਿ ਹੁਣ ਦੇ ਕੋ ਸਾਂਝੇ ਪਰਿਵਾਰ ਸੀ ਜਿਵੇਂ ਤੁਸੀਂ ਵੀ ਗੱਲ ਕਰੀਆ ਸੀਗੇ ਪਰਿਵਾਰ ਵੱਡੇ ਸੀਗੇ ਅੱਜ ਪਰਿਵਾਰ ਛੋਟੇ ਹੋ ਗਏ ਹੁਣ ਪਰਿਵਾਰ ਜਿਹੜੇ ਛੋਟੇ ਹੋ ਗਏ ਹੁਣ ਆਪਾਂ ਦੇਖ ਰਿਹਾ ਕਿ ਅੱਜ ਕੱਲ ਬੇਟਾ ਬੇਟੀ ਹ ਉਹ ਬੇਟੀ ਵਿਆਹ ਕੇ ਚਲ ਜਾਂਦੀ ਆ ਹੁਣ ਬੇਟਾ ਰਹਿਦਾ ਇਕੱਲਾ ਹੁਣ ਜਦੋਂ ਹੁੰਦਾ ਉਹਦੇ ਕੋਲ ਐਜੂਕੇਸ਼ਨ ਤਾਂ ਹੁੰਦੀ ਨਹੀਂ ਕਿਉਂ ਐਜੂਕੇਸ਼ਨ ਪੂਰੀ ਕਰੀ ਨਹੀਂ ਹੁੰਦੀ ਹੁਣ ਜਦੋਂ ਐਜੂਕੇਸ਼ਨ ਕੋਲ ਪੂਰੀ ਨਹੀਂ ਹੋਏਗੀ ਉਹਦੇ ਕੋਲ ਜੋ ਨੇ ਸ਼ਰਤਾਂ ਹੈਗੀਆਂ ਬਾਹਰ ਜਾਂਦੀਆਂ ਪੂਰੀ ਨਹੀਂ ਕਰ ਪਾਏਗਾ ਉਹ ਕਾਰਨ ਕੀ ਆ ਉਹ ਫਿਰ ਮਾਪੇ ਦੇ ਉੱਪਰ ਗੱਲ ਚ ਗੁੱਠਾ ਦਿੰਦੇ ਨੇ ਕਿ ਜੀ ਅਸੀਂ ਬਾਹਰ ਜਾਣਾ ਉਹ ਜਦੋਂ ਬਾਹਰ ਨਹੀਂ ਜਾਣ ਸਕਣਗੇ ਫਿਰ ਉਹਨਾਂ ਨੇ ਕੋਈ ਨਾ ਕੋਈ ਚਾਹੇ ਕਹਿੰਦੇ ਨਾ ਕਿ ਵੀ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਬਾਹਰ ਜਾਣ ਦੀ ਹੁਣ ਉੱਥੇ ਵਿਚਾਰੇ ਮਾਵਾ ਬੇਵਸ ਹੋ ਜਾਂਦੇ ਨੇ ਹੁੰਦੇ ਮਾਵਾ ਬੇਵਸ ਹੋ ਜਾਂਦੇ ਨੇ ਮਾਪੇ ਕੋ ਕੋ ਰਸਤਾ ਨਿਕਲਦਾ ਨਹੀਂ ਤੇ ਮਾਪੇ ਕਹਿੰਦੇ ਨੇ ਕਿ ਹੁਣ ਅਸੀਂ ਕਿੱਦੋਂ ਜਾਈਏ ਕੀ ਕਰੀਏ ਉਸ ਕਰਕੇ ਮੈਂ ਕਈ ਵਾਰ ਚਿੱਜਾਂ ਸੋਚਦਾ ਹੁੰਦਾ ਹਾਂ ਕਿ ਵੀ ਇਹਦਾ ਅਸਲੀ ਕਾਰਨ ਕੀ ਹੈ ਕਿ ਕਿ এডਿਕੇਸ਼ਨ ਦਾ ਬੱਚੇ ਦੀ ਤੋਂ ਜੋ এডਿਕੇਸ਼ਨ ਹੀ ਲੈ ਸਕੇ ਤੋਂ ਤੁਸੀਂ ਟੀਚਰ ਰਹੇ ਹੋ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਕਿ ਵੀ এডਿਕੇਸ਼ਨ ਦਾ ਕਿੰਨਾ ਕੁ ਪ੍ਰਭਾਵ ਹੁੰਦਾ ਬੱਚੇ ਤੇ ਦੇਖੋ ਸਰ এডਿਕੇਸ਼ਨ ਦਾ ਅਗਰ ਸਵਾਲ ਹੈ ਤਾਂ এডਿਕੇਸ਼ਨ ਦੇ ਵਿੱਚ ਤਾਂ ਬੜੇ ਪੱਖ ਹਨ ਬੱਚਿਆਂ ਦੀ ਸ਼ਖਸੀਅਤ ਨੂੰ ਉਭਾਰਨ ਦੇ ਔਰ ਮੈਂ ਜਿੱਥੇ ਤੱਕ ਸਕੂਲ ਵਿੱਚ ਪੜਾਇਆ ਹੈ ਸਕੂਲਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਸੁਧਾਰਨ ਦੇ ਬੱਚੇ ਦੇ ਸਖਸ਼ੀਅਤ ਨੂੰ ਬਾਰਨ ਦੀ ਬੜੀ ਬੜੀ ਯਤਨ ਕਰਦਿਆ ਪਰ ਜਿੱਥੇ ਤੱਕ ਅਸੀਂ ਦੇਖਦੇ ਹਾਂ ਸਰਕਾਰ ਨੇ ਜੋ ਸਿਸਟਮ ਬਣਾਇਆ ਹੈ ਸਿਲੇਬਸ ਨੂੰ ਪੂਰਾ ਕਰਨਾ ਇਹ ਪੂਰਾ ਕਰਨ ਤੱਕ ਹੀ ਅਸੀਂ ਰਹਿ ਜਾਂਦੇ ਹਾਂ ਤੋ ਇਹ ਸਾਨੂੰ ਚਾਹੀਦਾ ਹੈ ਕਿ ਉਹਨਾਂ ਦੇ ਵਿੱਚ ਹੋਰ ਵੀ ਰੰਗ ਭਰੀਏ ਹਾਂ ਹੁਣ ਵੋਕੇਸ਼ਨਲ ਕੋਰਸਿਸ ਉਹਨਾਂ ਨੇ ਸਾਨੂੰ ਦੱਸੇ ਹਨ ਸਰਕਾਰ ਨੇ ਸਾਨੂੰ ਦੱਸਿਆ ਕਿ ਵੋਕੇਸ਼ਨਲ ਕੋਰਸਿਸ ਹਨ ਜਿਵੇਂ ਕਿ ਹੈ ਆਰਟ ਜੋ ਹੈ ਪ੍ਰੋਗਰਾਮ ਹੈ ਨ੍ਰਿਤ ਕਲਾ ਹੈ ਡਾਂਸ ਕਲਾ ਹੈ ਸੰਗੀਤ ਕਲਾ ਹੈ ਔਰ ਇਸ ਨਾਲ ਕੰਪਿਊਟਰ ਨਾਲ ਸੰਬੰਧਿਤ ਹੋਰ ਕਲਾਵਾਂ ਹਨ ਤਾਂ ਇਹ ਬੱਚੇ ਨੂੰ ਅਸੀਂ ਸਿਖਾ ਸਕਦੇ ਹਾਂ ਪਰ ਦੇਖਦੇ ਹਾਂ ਕਿ ਹਰ ਖੇਤਰ ਵਿੱਚ ਬੱਚੇ ਰੁਚੀ ਨਹੀਂ ਲੈਂਦੇ ਜੀ ਉਹਨਾਂ ਦੇ ਵੱਖ-ਵੱਖ ਵੋਕੇਸ਼ਨਲ ਕੋਰਸਿਸ ਹੁੰਦੇ ਹਨ ਸੋ ਹੋਰ ਗੇੜੀ ਕੋਰਸਿਸ ਹਨ ਵੋਕੇਸ਼ਨਲ ਜੋ ਬੱਚੇ ਕਰਨ ਤੇ ਸਵੈ ਰੋਜ਼ਗਾਰ ਇੱਥੇ ਪੈਦਾ ਕਰਨ ਕੀ ਕਹਿ ਸਕਦੇ ਕੋਲੀ ਮੈਂ ਤਾਂ ਇੱਕ ਗੱਲ ਦੇਖਦਾ ਕਿ ਜੋ ਪੁਰਾਣਾ ਸਮਾਂ ਮੈਂ ਦੇਖਦਾ ਆ ਰਿਹਾ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਬਜ਼ੁਰਗ ਆਪਣੇ ਕਿੰਨੇ ਫਾਦਰ ਕੰਮ ਕਰਦੇ ਸੀ ਉਹ ਬੱਚੇ ਉਹ ਕੀਤਾ ਅਪਣਾਦੇ ਸੀਗੇ ਜਦੋਂ ਕੀਤਾ ਅਪਣਾਦੇ ਸੀ ਤਾਂ ਉਹ ਰੋਜ਼ਗਾਰ ਉਹਨਾਂ ਨੂੰ ਮਿਲਦਾ ਸੀਗਾ ਬਿਲਕੁਲ ਬਿਲਕੁਲ ਹੁਣ ਉਹ ਰੁਝਾਨ ਘਟ ਗਿਆ ਰੁਝਾਨ ਘਟਣ ਕਰਕੇ ਕੀ ਹੋ ਗਿਆ ਕਿ ਵੀ ਉਹ ਕਹਿੰਦੇ ਨੇ ਕਿ ਵੀ ਅਸੀਂ ਆਪਣਾ ਕੰਮ ਨਹੀਂ ਕਰਨਾ ਹਾਂਜੀ ਹੁਣ ਦੂਜੇ ਪਾਸੇ ਚਲ ਗਿਆ ਦੂਜੇ ਪਾਸੇ ਜਾਂਦੇ ਨੇ ਲੇਕਿਨ ਉਹ ਰਸਤਾ ਨਹੀਂ ਮਿਲਦਾ ਬਿਲਕੁਲ ਬਾਹਰ ਜਾਂ ਅੰਦਰਸਤਾਨੀ ਮਿਲਦਾ ਕਾਰਨ ਫਿਰ ਉਹ ਹੀ ਐਜੂਕੇਸ਼ਨ ਹੂੰ 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 ਐਜੂਕੇਸ਼ਨ ਨਾ ਹੋਣ ਕਰਕੇ ਉਹ ਵਿਚਾਰੇ ਫਿਰ ਭਟਕਦੇ ਨੇ ਬਿਲਕੁਲ ਲੇਕਿਨ ਮੈਂ ਇੱਕ ਗੱਲ ਜਰੂਰ ਕਹਿਣਾ ਕਿ ਜਿਹੜੇ ਇੱਥੇ ਆਪਣਾ ਰੋਜ਼ਗਾਰ ਆਪਣੇ ਬਜ਼ੁਰਗਾ ਦਾ ਕਰ ਰਹੇ ਨਾ ਜਾਂ ਚੱਲ ਰਹੇ ਹਾਂ ਦਾ ਉਹ ਆਪਣੀ ਰੋਟੀ ਵੀ ਕਮਾ ਰਹੇ ਨੇ ਪਰਿਵਾਰ ਵੀ ਪਾਲ ਰਹੇ ਨੇ ਲੇਕਿਨ ਨਾਲ ਨਾਲ ਇਹ ਵੀ ਗੱਲ ਹੈ ਕਿ ਜੇ ਉਹਨਾਂ ਨੇ ਬਾਹਰ ਜਾਣਾ ਹੈ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਇੱਥੇ ਦਾ ਆਪਣਾ ਕਿਤਾ ਕੰਮ ਕਰ ਰਹੇ ਨੇ ਉਹ ਬਾਹਰ ਜਾ ਕੇ ਆਪਣਾ ਉਹ ਵੀ ਕਰ ਸਕਦੇ ਨੇ ਲੇਕਿਨ ਕੀ ਹੈ ਕਿ ਉਰਜਾਨ ਹੈ ਬਾਹਰ ਜਾਣ ਦਾ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਵੀ ਉਹ ਇੱਥੇ ਆਪਣਾ ਕਿਉਂ ਨਹੀਂ ਕਰਦੇ ਬਸ ਇੱਕੋ ਗੱਲ ਨਜ਼ਰ ਆ ਰਹੀ ਹੈ ਕਿ ਅਸੀਂ ਬਾਹਰ ਜਾਣਾ ਹੈ ਉਹਦੇ ਬਾਰੇ ਤੁਸੀਂ ਸਹੀ ਦੱਸ ਸਕਦੇ ਹੋ ਆਪਾਂ ਆਪ ਗੱਲ ਚਰਚਾ ਕਰੀਏ ਆ ਤੇ ਮੈਂ ਹੀ ਗੱਲ ਕਹਣਾ ਕਿ ਇੱਥੇ ਆਪ ਬੈਠ ਕੇ ਇੰਡੀਆ 'ਚ ਵੀ ਕੰਮ ਹੈਗੇ ਨੇ ਇੱਥੇ ਕੰਮ ਬਿਲਕੁਲ ਸਹੀ ਕਿਹਾ ਸਰ ਤੁਸੀਂ ਮੈਨੂੰ ਲੱਗਦਾ ਹੈ ਦਰਸ਼ਕਾਂ ਅਸੀਂ ਬਹੁਤ ਸੋਹਣੀ ਗੱਲ ਸਿੱਖੀ ਕਿ ਸਾਡੇ ਹੱਥ ਦੇ ਵਿੱਚ ਜੇ ਹੁਨਰ ਹੈ ਤੇ ਅਸੀਂ ਸਵੈ ਰੋਜ਼ਗਾਰ ਇੱਥੇ ਵੀ ਪੈਦਾ ਕਰ ਸਕਦੇ ਹਾਂ ਮਿਹਨਤ ਉੱਥੇ ਵੀ ਕਰਨੀ ਹੈ ਮਿਹਨਤ ਬਾਹਰ ਵੀ ਕਰਨੀ ਹੈ ਸੋ ਜਿਨ੍ਹਾਂ ਨੇ ਬਾਹਰ ਜਾਣਾ ਹੈ ਉੱਥੇ ਵੀ ਆਪਣੇ ਹੱਥੀ ਕੰਮ ਕਰਕੇ ਹੱਥਾਂ ਦੇ ਕੰਮ ਕਰਕੇ ਸਵੈ ਰੋਜ਼ਗਾਰ ਕਮਾ ਸਕਦੇ ਆਂ ਔਰ ਇੱਥੇ ਰਹਿ ਕੇ ਵੀ ਉਸ ਸਵੈ ਰੋਜ਼ਗਾਰ ਪੈਦਾ ਕਰ ਸਕਦੇ ਆਂ ਸੋ ਅੱਜ ਦੇ ਬੇਰੋਜ਼ਗਾਰੀ ਵਿਸ਼ੇ ਦੇ ਵਿੱਚ ਅਸੀਂ ਬਹੁਤ ਕੁਝ ਸਿੱਖਿਆ ਸਾਝੇ ਪਰਿਵਾਰ ਦੀ ਘਾਟ ਬੱਚਿਆਂ ਦੀ ਅਨੁਸ਼ਾਸਨਹੀਨਤਾ ਬੱਚਿਆਂ ਦੇ ਵਿੱਚ ਵੱਧਦਾ ਨਸ਼ਿਆਂ ਦਾ ਰੁਝਾਨ ਬਾਹਰ ਜਾਣ ਵਾਲ ਦਾ ਰੁਝਾਨ ਸੋ ਇਸ ਵਿਸ਼ੇ ਦੇ ਨਾਲ ਅਸੀਂ ਬੜਾ ਕੁਝ ਅੱਜ ਸਿੱਖਿਆ ਹੈ ਮੈਨੂੰ ਲੱਗਦਾ ਹੈ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਇਹੀ ਮਸਲੇ ਹੋਣਗੇ ਮੈਨੂੰ ਲੱਗਦਾ ਦਸ਼ਕੋ कि थोड़े तो कोई भी अपने मसले होने सूँ कमेंट बॉक्स में लिख के सू भेज सकते हो या फिर हेठ लिखे फ़ोन नंबर से संपर्क कर सकते हो धनबाद सत श्रीकालीक